ਅਸਲਾਮੁਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕੋਨ ਬਣ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਦੋ ਪਹਿਲਾਂ ਝੂਠੀਆਂ ਦੀ ਵੀਡੀਓ ਲੈ ਕੇ ਆਇਆ। ਮੇਰਾ ਕੈਮਰਾਮੈਨ ਝੂਠੀਆਂ ਦਿਖਾਉਂਦਾ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਦੋਸਤੋ, ਇਹ ਦੇਖੋ ਚੂਰਕੁੰਡ ਸਿੰਘ ਨੇ, ਥੋੜ੍ਹਾ ਜਿਹਾ ਮੱਥਾ ਸਫੈਦ ਹੈ, ਬਿੱਲੀਆਂ ਅੱਖਾਂ ਨੇ, ਚਾਰੋ ਖੁਰ ਥੋੜ੍ਹੇ ਥੋੜ੍ਹੇ ਸਫੈਦ ਨੇ, ਪਿਛਲੇ ਜ਼ਿਆਦੇ, ਅਗਲੇ ਥੋੜ੍ਹੇ ਸਫੈਦ ਨੇ, ਪੂਰੀਆਂ ਵਿਰਲਾਂ ਅਤੇ ਥਣ, ਮਾਸ਼ਾਅੱਲਾ ਜਿੰਨੀ ਕੁ ਝੂਟੀ, ਚੰਗਾ ਹਵਾਨਾ ਲਈ ਖੜੀ। ਇਹ ਦੇਖੋ ਪਿੱਛੇ ਵੀ ਵਾਨਾ ਪੂਰਾ, ਮੋਟ ਮੋਟ ਦਾ ਥਾਣ, ਪੂਰੀਆਂ ਵਿਰਲਾਂ ਤੇ, ਇੱਧਰ ਨੂੰ ਲੈ ਜੇ, ਮਾਸ਼ਾਅੱਲਾ ਜਿੱਡੀ ਕੁ ਝੋਟੀ, ਚੰਗਾ ਹਵਾਨਾ ਲਈ ਖੜੀ, ਪੂਰੀਆਂ ਵਿਰਲਾਂ ਤੇ ਥਾਣ ਨੇ, ਹਰ ਪਾਸੋਂ ਸਾਫ਼ ਸੁਥਰੀ ਝੋਟੀ ਹੈ। ਬਾਕੀ ਮਾਲਕ ਨਾਲ ਕਰਾਂਗੇ, ਇੱਥੇ ਜਿਹੜੀ ਛੋਟੀ ਵੀ ਸਫੈਦ। ਦੋਸਤੋ, ਇਹ ਦੇਖੋ ਮਾਸ਼ਾਅੱਲਾ ਚੰਗਾ ਹਵਾਨਾ, ਪੂਰੀਆਂ ਵਿਰਲਾਂ ਤੇ ਥਾਣ ਨੇ, ਥੋੜ੍ਹੀ ਜਿਹੀ ਲੋਹ ਪਾਈ ਹੋਈ ਥੱਲੜੀ, ਥੋੜ੍ਹੀ ਥੋੜ੍ਹੀ ਜਿਹੀ ਸਫੈਦ, ਚਾਰੋਂ ਖੁਰ ਸਫੈਦ ਨੇ, ਇਹਦੇ ਪੂਛਲ ਵੀ ਥੋੜ੍ਹਾ ਸਫੈਦ ਹੈ, ਬਰੀਕ ਪੂਛਲ ਹੈ। ਮਾਸ਼ਾਅੱਲਾ ਚੰਗਾ ਹਵਾਨਾ ਲਈ ਖੜੀ, ਸੋਹਣੀ ਸੁਥਰੀ, ਬਿੱਲੀਆਂ ਅੱਖਾਂ ਦੀ, ਬਿਲਕੁਲ ਛੋਟੇ ਸਿੰਘ ਨੇ। ਚਲੋ ਜੀ, ਬਾਹਰ ਅੱਗੋ ਜਨਾਬ, ਇਹ ਦੂਸਰੇ ਨੰਬਰ 'ਤੇ ਝੋਟੀ ਖੜੀ, ਕਾਲੀਆਂ ਅੱਖਾਂ, ਥੋੜ੍ਹਾ ਜਿਹਾ ਮੱਥਾ ਸਫੈਦ, ਚੂਰਕੁੰਡ ਸਿੰਘ ਨੇ, ਦਰਮਿਆਨੇ ਕੱਦ ਦੀ, ਪਿਛਲੇ ਦੋਨੋਂ ਖੁਰ ਸਫੈਦ ਨੇ, ਇਹ ਵੀ ਗੱਭਣ ਝੋਟੀ। ਇਹ ਦੇਖੋ ਜਨਾਬ, ਥਾਣ ਤਾਂ ਥੋੜ੍ਹੇ ਛੋਟੇ ਨੇ, ਵਿਰਲਾ ਮਾਸ਼ਾਅੱਲਾ ਪੂਰੀਆਂ ਨੇ, ਇਹਨੂੰ ਛੱਡ ਕੇ ਕੰਧ ਨਾਲ ਵੜੀ ਜਾਣਾ। ਇਹ ਵੀ ਮਾਸ਼ਾਅੱਲਾ ਜਿੰਨੀ ਕੁ ਹੈਗੀ ਹੈ, ਬਿਲਕੁਲ ਹਵਾਨਾ ਸੋਹਣਾ ਲਈ ਖੜੀ। ਦੇਖੋ ਮਾਸ਼ਾਅੱਲਾ ਜਿੰਨਾ ਕੁ ਕੱਦ ਹੈ, ਉਨਾ ਕੁ ਹਵਾਨਾ, ਮਾਸ਼ਾਅੱਲਾ ਸੋਹਣਾ ਲਈ ਖੜੀ ਹੈ, ਪੂਰੀਆਂ ਵਿਰਲਾਂ ਤੇ ਥਣ ਨੇ, ਥੋੜ੍ਹੇ ਜਿਹੇ ਥਣ ਛੋਟੇ ਹੈਗੇ ਨੇ। ਖਾਂਦੀ ਤੈਨੂੰ ਤੈਨੂੰ ਆਹ ਜੀ ਸ਼ਫੀਕ ਭਾਈ ਆ, ਪਹਿਲੇ ਨੰਬਰ ਵਾਲੀ ਚੋਟੀ ਕੋਲ ਆ ਜਾਓ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਸ਼ਫੀਕ ਭਾਈ ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਅੱਛਾ ਭਾਈ ਸ਼ਫੀਕ, ਕਿੰਨੇ ਦਿਨ ਲੈ ਜਾਈ ਤੇਰੀ ਚੋਟੀ ਆ? ਜੀ ਅੱਲਾ ਵੈਰੀ ਸੂਈ ਸੂਈ ਹੋਈ ਹੈ ਇਹਨੇ, ਮਗਰ ਕੱਟੀ ਕਿ ਕੱਟਾ? ਕੱਟੀ ਹੈ ਜੀ। ਕਿੱਥੇ ਹੋ ਤਕਰੀਬਨ? ਜਬਾਰ ਵਾਲੇ ਇਹਦੀ ਕੱਟੀ ਵੀ ਨੇੜੇ ਲਿਆਉਣ ਹੋਰਾ? ਕੱਟੀ ਲਿਆ। ਅੱਛਾ ਕਿੰਨੇ ਦਿਨਾਂ ਦੀ ਸੂਈ? ਤਕਰੀਬਨ ਪਰਸੋਂ ਸੂਈ। ਪਰਸੋਂ ਸੂਈ? ਕਿੰਨਾ ਕੁ ਬੋਲਾ ਦਿੰਦੀ ਪਈ ਹੁਣ ਬੱਚੇ ਨੂੰ ਛੱਡ ਕੇ? ਤਕਰੀਬਨ 5-6 ਦਿਨ ਦੀ। ਦੋ ਟਾਈਮ ਦਾ ਜਾਂ ਇੱਕ ਟਾਈਮ? ਇੱਕ ਟਾਈਮ ਦਾ। 5 ਕਿਲੋ ਪੱਕਾ ਇੱਕ ਟਾਈਮ ਦਾ ਹੈਗਾ ਬੱਚੇ ਨੂੰ ਛੱਡ ਕੇ? ਇੱਕ ਟਾਈਮ ਦਾ 4 ਕਿਲੋ, ਇੱਕ ਟਾਈਮ ਦਾ 5। ਮਗਰ ਇਹਦੇ ਕੱਟੀ ਹੈ, ਇਹਦੀ ਮੁਨਾਸਬ ਜੀ ਕੀਮਤ ਕਿੰਨੀ? ਇਹਦਾ ਜੀ ਪੱਕਾ ਠੱਕਾ 1,95,000। ਕੋ ਪਿਆਰ ਮੁਹੱਬਤ? ਪਿਆਰ ਮੁਹੱਬਤ ਜੀ ਉਹ ਹੁੰਦਾ ਕਦੋਂ ਕੋਈ ਸੌਦਾ ਹੋਵੇ। ਦੋਸਤੋ ਕਹਿ ਰਹੇ ਨੇ ਕਿ 1,95,000 ਕੀਮਤ ਹੈ, ਪਿਆਰ ਹੋਵੇ ਕਹਿੰਦੇ ਕਰ ਲਾਂਗੇ, ਤੇ ਤਕਰੀਬਨ 10 ਕਿਲੋ ਬੋਲਾ ਕਹਿ ਰਹੇ ਨੇ ਕੱਟੀ ਨੂੰ ਛੱਡ ਕੇ ਦੋ ਟਾਈਮ ਦਾ ਇਹ ਕੱਟੀ ਲਿਆ ਕੇ ਵਹਾਂਦੇ ਨੇ। ਅੱਛਾ ਇਹ ਦੂਸਰੇ ਨੰਬਰ ਤੇ ਜਿਹੜੀ ਇਹ ਝੋਟੀ ਹੈ, ਇਹ ਗੱਭਣ ਹੈ, ਇਹ ਕਿੰਨੇ ਕੁ ਦਿਨ ਲੈ ਜਾਏਗੀ ਸੂਣ 'ਚ? ਤਕਰੀਬਨ 15 ਕੁ ਦਿਨ ਲੈ ਜਾਏਗੀ। 15 ਕੁ ਦਿਨ ਲੈ ਜਾਏਗੀ? ਅੱਛਾ ਇਹ ਪਾਰ ਪੂਰ ਤਾਂ ਨਹੀਂ ਪਾਉਂਦੀ? ਸੂਟ ਢਿੱਲੀ ਜੀ? ਨਾ ਜੀ ਕੁਝ ਢਿੱਲੀ, ਬਸ ਗਰਮੀ ਪਾ। ਠੀਕ ਹੋ ਗਿਆ, ਤੇ ਇਹਦੀ ਮੁਨਾਸਬ ਜੀ ਕੀਮਤ ਦੱਸੋ ਹਾਂ ਕਿੰਨੀ? ਜੀ 1,45,000। ਉਹ ਪਿਆਰ ਮੁਹੱਬਤ? ਪਿਆਰ ਮੁਹੱਬਤ ਨਾਲ ਜੀ। ਦੋਸਤੋ ਕਹਿ ਰਹੇ ਨੇ ਕਿ 1,45,000 ਰੁਪਇਆ ਇਸ ਗੱਭਣ ਝੋਟੀ ਦੀ ਕੀਮਤ ਹੈ, ਪਿਆਰ ਮੁਹੱਬਤ ਕਹਿੰਦੇ ਕਰ ਲਾਂਗੇ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਣ, ਸਾਡਾ ਰਾਬਤਾ ਕਰ ਸਕਦਾ 0307-6563-656 ਸਾਡਾ ਰਾਬਤਾ ਨੰਬਰ ਹੈ। ਆਰ ਐਫ ਐਲ ਤੋਂ ਤਕਰੀਬਨ ਅਸੀਂ 20 ਕਿਲੋਮੀਟਰ ਸਾਈਡ 'ਤੇ ਖੜੇ ਹਾਂ। ਇਹ ਦੋਸਤੋ ਇਹਦੀ ਕੱਟੀ ਆ ਗਈ, ਇਹ ਕੱਟੀ ਵੇਖ ਲਓ, ਪਹਿਲੇ ਨੰਬਰ ਵਾਲੇ ਦੇ ਮਗਰ ਇਹ ਕੱਟੀ ਹੈ, ਮੱਥਾ ਵੀ ਸਫੈਦ ਹੈ, ਚਾਰੋਂ ਖੋਰ ਵੀ ਇਹਦੇ ਸਫੈਦ ਨੇ, ਬੱਲੇ ਰੰਗ ਦੀ ਕੱਟੀ ਹੈ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਣੇ ਅਗਲੀ ਵੀਡੀਓ 'ਚ, ਖੁਦਾ ਹਾਫਿਜ਼।